ਜਦੋਂ ਇਹਨਾਂ ਨੂੰ ਮਿਰਚਾਂ ਲੱਗੀਆਂ ਇਹਨਾਂ ਨੇ ਪੜ੍ਹਾਈਆਂ ਕੀਤੀਆਂ ਫੌਰਨ 'ਚ ਰਹਿ ਗਏ ਅਤੇ ਮੈਂ ਪੜ੍ਹਾਈ ਕੀਤੀ ਆ ਮੱਝਾਂ ਦੇ ਪਿੱਛੇ ਜਾ ਕੇ। ਕਹਿਣ ਸਾਹਿਬ ਇੱਕ ਕਾਸਟ ਬੇਸਡ ਕਾਰਡ ਖੇਡਣ ਦੀ ਵੀ ਕੋਸ਼ਿਸ਼ ਕੀਤੀ ਗਈ, ਉਹ ਸੱਚਾਈ ਕਿੱਥੋਂ ਤੱਕ ਆ? ਅਤੇ ਜੇ ਮੂੰਹ 'ਤੇ ਮੇਰੇ ਪਾਣੀ ਦਾ ਗਲਾਸ ਮਾਰਿਆ ਹੁੰਦਾ ਤਾਂ ਮੈਂ ਵੀ ਮੂੰਹ 'ਤੇ ਪਾਣੀ ਦਾ ਗਲਾਸ ਮਾਰਦਾ। ਇਹ ਮੈਂ ਇੰਨਾ ਰੇਡੀਓ ਪੰਜਾਬ ਟੂਡੇ ਦੇ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ। ਅਸੀਂ ਇੱਕ ਸਿਲਸਿਲਾ ਸ਼ੁਰੂ ਕੀਤਾ ਹੋਇਆ, ਤੁਹਾਨੂੰ ਰੂਬਰੂ ਕਰਾਉਂਦੇ ਹਾਂ ਪੰਜਾਬ ਦੇ ਸਿਆਸਤਦਾਨਾਂ ਨਾਲ, ਪੰਜਾਬ ਦੀਆਂ ਅਹਿਮ ਸ਼ਖਸੀਅਤਾਂ ਦੇ ਨਾਲ। ਅੱਜ ਵੇਲਾ ਬਠਿੰਡੇ ਦੀ ਰਾਜਨੀਤੀ ਦੇ ਉੱਤੇ ਡਿਸਕਸ ਕਰਦਾ। ਬਠਿੰਡੇ ਦੀ ਰਾਜਨੀਤੀ ਹਮੇਸ਼ਾ ਮਾਲਵਾ ਛੱਡੋ ਪੰਜਾਬ ਦਾ ਇੱਕ ਧੁਰਾ ਰਿਹਾ ਅਤੇ ਇੱਥੇ ਹਮੇਸ਼ਾ ਹੀ ਗਰਮਾਹਟ ਪੈਦਾ ਹੋਈ ਹੈ। ਹੁਣ ਪਿਛਲੇ ਕੁਝ ਦਿਨਾਂ ਤੋਂ ਇੱਥੋਂ ਦੀ ਰਾਜਨੀਤੀ ਫਿਰ ਭਖੀ ਹੈ। ਸੋ ਸਾਡੇ ਨਾਲ ਇਸ ਵਕਤ ਮੌਜੂਦ ਨੇ ਬਠਿੰਡਾ ਦੇ ਸਾਬਕਾ MLA ਅਕਾਲੀ ਦਲ ਦੇ ਸਰੂਪ ਚੰਦ ਸਿੰਗਲਾ ਜੀ। ਸਿੰਗਲਾ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਰੋਤ ਨੇ ਮੇਰੇ ਨਮਸਕਾਰ, ਸਤਿ ਸ਼੍ਰੀ ਅਕਾਲ। ਸਿੰਗਲਾ ਸਾਹਿਬ, ਗੱਲ ਬਠਿੰਡੇ ਦੀ ਸਿਆਸਤ ਦੀ ਕਰੀਏ। ਤੁਸੀਂ ਇੱਕ ਦੋ ਦਿਨਾਂ ਤੋਂ ਮੈਂ ਦੇਖ ਰਿਹਾ ਲਗਾਤਾਰ ਰੰਜਿਸ਼ ਦੀ, ਬਦਲੇ ਦੀ ਰਾਜਨੀਤੀ ਦੀ ਗੱਲ ਕਰ ਰਹੇ ਹੋ। ਤੁਹਾਨੂੰ ਕਿਉਂ ਲੱਗ ਰਿਹਾ ਬਦਲੇ ਦੀ ਰਾਜਨੀਤੀ? ਧੰਨਵਾਦ ਜੀ। ਬਠਿੰਡਾ ਸ਼ਹਿਰ ਪਿਛਲੇ 3.5 ਸਾਲਾਂ ਤੋਂ ਕਾਂਗਰਸ ਦਾ ਇੱਥੇ ਰਾਜ ਹੈ। ਇੱਥੋਂ ਦੇ MLA ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਇੱਥੋਂ ਇਲੈਕਸ਼ਨ ਜਿੱਤੇ ਹੈ, ਫਾਈਨਾਂਸ ਮਿਨਿਸਟਰ ਬਣੇ। ਲੋਕਾਂ ਦੀਆਂ ਉਮੀਦਾਂ ਸੀ ਕਿ ਫਾਈਨਾਂਸ ਮਿਨਿਸਟਰ ਬਣੇ ਉਹਨਾਂ ਨੂੰ ਕੁਛ ਵਧੀਆ ਪ੍ਰਸ਼ਾਸਨ ਮਿਲੇਗਾ। ਦੁੱਖ ਨਾਲ ਕਹਿਣਾ ਪੈ ਸਕਦਾ, ਕਹਿ ਰਿਹਾ ਮੈਨੂੰ ਕਿ ਫਾਈਨਾਂਸ ਮਿਨਿਸਟਰ ਬਠਿੰਡੇ ਬਣਾ ਕੇ ਫਾਈਨਾਂਸ ਮਿਨਿਸਟਰ ਹੀ ਤਾਂ ਫੋਟੋ ਖਿਚਾਉਣ ਆਉਂਦੇ ਆ ਅਤੇ ਲੋਕ ਭੁਗਤ ਜਿਹੜੇ ਰਹੇ ਆ ਉਹ ਜੋ ਜੀ ਨੂੰ ਭੁਗਤ ਰਹੇ ਆ। ਔਰ ਜਿੱਥੇ ਉਹਦਾ ਜੀ ਕਰਦਾ, ਜਿਹੜੇ ਮੁਤਾਬਕ ਆਪ ਚਲਾਉਣਾ ਚਾਹੁੰਦਾ, ਬਠਿੰਡੇ ਦੇ ਵਿੱਚ ਕੋਈ ਕਾਨੂੰਨ ਨਾਮ ਦੀ ਚੀਜ਼ ਨਹੀਂ ਹੈ। ਕੋਈ ਅਧਿਕਾਰੀ ਆਪਣੇ ਅਧਿਕਾਰਾਂ ਦੀ ਵਰਤੋਂ ਨਹੀਂ ਕਰ ਸਕਦਾ। ਸਿਰਫ ਜੋ ਦੇ ਮੂੰਹ ਦੇ ਵਿੱਚੋਂ ਨਿਕਲਦਾ ਉਹ ਸਾਰਾ ਕਾਨੂੰਨ ਹੈ। ਤਾਂ ਮੈਂ ਤਾਂ ਇਹ ਕਹਿ ਸਕਦਾ ਕਿ ਵਿੱਤ ਮੰਤਰੀ ਜੀ ਨੇ ਤਾਂ ਅੱਜ ਤੱਕ ਬਠਿੰਡੇ ਦੇ ਲੋਕਾਂ ਦੇ ਜੋ ਸਵਾਲ ਦੱਸ ਨਹੀਂ, ਕਿਉਂਕਿ ਨੁਮਾਇੰਦਗੀ ਕਰਦਾ ਮੈਂ ਕੁਛ ਵੋਟਰਾਂ ਦੀ, ਮੈਂ ਇਲੈਕਸ਼ਨ ਲੜਿਆ ਸੀ ਜੀ, ਮੈਂ ਨੁਮਾਇੰਦਗੀ ਕਰਦਾ। ਅੱਜ ਤੱਕ ਪਿਛਲੇ 3.5 ਸਾਲਾਂ ਦੇ ਵਿੱਚ ਇੱਕ ਵੀ ਜਵਾਬ ਨਹੀਂ ਦਿੱਤਾ। ਅਤੇ ਜਦੋਂ ਵੀ ਗੱਲ ਆਉਂਦੀ ਹੈ ਸਾਡੀ, ਕਿਸੇ ਪ੍ਰੈਸ ਕਾਨਫਰੰਸ ਦੀ ਆਉਂਦੀ ਹੈ ਜਾਂ ਕਿਤੇ ਵੀ ਗੱਲ ਆਉਂਦੀ ਹੈ ਅਤੇ ਜਵਾਬ ਜੋ ਜੀ ਦਾ ਆਉਂਦਾ ਹੈਗਾ। ਅਤੇ ਜੋ ਜੀ ਨੇ ਬਦਲੇ ਦੀ ਰਾਜਨੀਤੀ ਤੋਂ ਇਲਾਵਾ ਕੀਤਾ ਕੁਛ ਨਹੀਂ, ਜਾਂ ਠੱਗੀ, ਲਾਟਰੀ ਚਲਾਉਣੀ, ਇੱਥੇ ਇਨਲੀਗਲ ਕਬਜ਼ੇ ਔਰ ਗੁੰਡਾ ਟੈਕਸ ਦੀ ਉਗਰਾਹੀ, ਚਾਹੇ ਸ਼ਰਾਬ 2 ਨੰਬਰ ਦੇ ਵਿੱਚ ਵਾਧੂ ਸ਼ਰਾਬ ਵਿਕ ਰਹੀ ਹੈ, ਇਹ ਤਾਂ ਤੁਸੀਂ ਸਾਰਿਆਂ ਨੇ ਦੇਖਿਆ ਕਿ ਚੀਫ ਸੈਕਟਰੀ ਨੇ ਵੀ ਉਹਨੂੰ ਹੱਥ ਧੋਣੇ ਪਏ ਹੈ ਇਹ ਐਲੀਗੇਸ਼ਨ ਨੂੰ ਕਹਿ ਕੇ ਕਿ ਤੁਹਾਡੇ ਰਾਜ ਦੇ ਵਿੱਚ ਕੀ ਕੁਛ ਚੱਲ ਰਿਹਾ, ਬਠਿੰਡਾ 'ਚ ਦੇਖੋ ਵੀ ਸ਼ਰਾਬ ਨੂੰ ਰੈਵਨਿਊ ਕਿੱਥੋਂ ਆਉਣਾ। ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਮੈਂ ਕਹਿ ਸਕਦਾ ਕਿ ਬਠਿੰਡੇ ਦੇ ਵਿੱਚ ਕਾਨੂੰਨ ਨਾਮ ਦਾ ਕੋਈ ਰਾਜ ਨਹੀਂ ਹੈ। ਬਠਿੰਡੇ ਦੇ ਵਿੱਚ ਜੋ ਮਨਪ੍ਰੀਤ ਸਿੰਘ ਬਾਦਲ ਕਹਿ ਦਿਓ ਕਾਨੂੰਨ ਹੈ, ਜਾਂ ਉਹਨਾਂ ਦੇ ਛਤਰਛਾਇਆ 'ਚ ਜਾਂ ਉਹਨਾਂ ਦੀ ਬਾਅਦ ਜੋ ਵੀ ਕੰਮ ਕਰ ਰਹੇ ਆ ਉਹਨਾਂ ਦੇ ਮੁਤਾਬਕ ਕਿਹਾ ਗਿਆ ਕਾਨੂੰਨ ਹੈ, ਇਸ ਕਰਕੇ ਲੋਕਾਂ ਨੂੰ ਇਹ ਸਾਰੀ ਚੀਜ਼ ਦਾ ਭੁਗਤਣਾ। ਸਿੰਗਲਾ ਸਾਹਿਬ, ਤੁਸੀਂ ਗੱਲ ਕੀਤੀ ਕਿ ਬਠਿੰਡੇ ਦੇ ਵਿੱਚ ਕਾਨੂੰਨ ਵਿਵਸਥਾ ਦੀ ਗੱਲ ਹੈ, ਇੱਕ ਪਰਿਵਾਰ ਦੇ ਇੱਕ ਮੰਤਰੀ ਦੇ ਜਿਹੜੇ ਰਿਸ਼ਤੇਦਾਰ ਆ ਉਹਦੇ ਕਨਿਊ ਕੀਤਾ ਜਾ ਰਿਹਾ, ਪਰ ਜੇਕਰ ਤੁਹਾਡੀ ਸਰਕਾਰ ਵੇਲੇ ਵੀ ਗੱਲ ਕਰ ਲਈਏ ਉਦੋਂ ਵੀ ਤਾਂ ਕੁਛ ਜਿਹੜੇ ਇਲੈਕਟਡ ਬੰਦੇ ਸੀ ਉਹਨਾਂ ਨੂੰ ਪਾਸੇ ਕਰਕੇ ਕੁਛ ਇਹੋ ਜਿਹੇ ਬੰਦੇ ਸੀ ਜਿਹੜੇ ਰਾਜ ਕਰਦੇ ਸੀ? ਦੇਖੋ, ਮੈਂ ਇਹ ਦਾਅਵੇ ਨਾ ਕਹਿ ਸਕਦਾ ਜੀ ਵੀ ਬਠਿੰਡੇ ਸ਼ਹਿਰ ਦੇ ਵਿੱਚ ਮੈਂ 10 ਸਾਲ, ਕਿਉਂਕਿ ਮੈਂ ਪਹਿਲਾਂ, ਮੇਰਾ ਬਾਹਲਾ ਪੁਰਾਣਾ ਰਾਜਨੀਤੀ ਨਾਲ ਵਾਸਤਾ ਨਹੀਂ ਹੈ। 2007 ਤੋਂ ਲੈ ਕੇ 2017 ਤੱਕ ਮੈਂ ਪੂਰਾ ਐਕਟਿਵ ਰਿਹਾ। ਐਕਟਿਵ ਰਹਿ ਕੇ ਮਤਲਬ ਕਾਨੂੰਨ ਦੇ ਮੁਤਾਬਕ ਕੰਮ ਕਰਦਿਆਂ ਹੋਇਆਂ, ਲੋਕਾਂ ਦੀਆਂ ਜ਼ਰੂਰਤਾਂ ਦੇ ਮੁਤਾਬਕ ਕੰਮ ਕਰਦਾ ਹੋਇਆਂ, ਪਾਰਟੀ ਹਾਈਕਮਾਂਡ ਤੱਕ, ਜਦੋਂ ਮੈਂ MLA ਨਹੀਂ ਸੀ ਉਦੋਂ ਸਾਰਾ ਕੰਮ ਕੀਤੇ ਜਾਂ ਕੰਮ ਕਰਾਏ। MLA ਹੁੰਦਿਆਂ ਵੀ ਜਿਹੜੀਆਂ ਵੀ ਕੋਈ
ਬਠਿੰਡਾ ਸ਼ਹਿਰ ਦੀਆਂ ਜ਼ਰੂਰਤਾਂ ਸੀ, ਜਿੰਨਾ ਵਿਕਾਸ ਬਠਿੰਡਾ ਸ਼ਹਿਰ ਦਾ ਹੋਇਆ ਜੇ ਮੈਂ ਕਹਿ ਸਕਦਾ ਕਿ ਜਦੋਂ ਦੀ ਅਸੀਂ ਸੱਤਾ ਸੰਭਾਲੀ ਸੀ 2007 ਦੇ ਵਿੱਚ, ਸ਼ਹਿਰ ਦੇ ਵਿੱਚ ਸਿਰਫ ਸਿਰਫ 20% ਸੀਵਰ ਸੀ, ਅਸੀਂ ਉਹ 90% 'ਤੇ ਲੈ ਗਏ। ਸਾਰਾ ਬਠਿੰਡੇ ਦਾ ਇਨਫਰਾਸਟਰਕਚਰ ਬਣਿਆ, ਹਰ ਚੀਜ਼ ਉਹ ਬਠਿੰਡੇ ਲਈ ਆਈ ਜਿਹੜੀ ਬਠਿੰਡੇ ਨੂੰ ਜ਼ਰੂਰਤ ਸੀ, ਅਤੇ ਬਠਿੰਡੇ ਦਾ ਨਾਮ ਹਿੰਦੁਸਤਾਨ ਹੀ ਨਹੀਂ ਵਰਲਡ ਦੇ ਵਿੱਚ ਜਿਹੜਾ ਹੈਗਾ ਇਹਦਾ ਨਾਮ ਬਣਿਆ। ਸਤਿਗੁਰੂ ਸਾਹਿਬ, ਗੱਲ ਮੈਂ ਜੇ ਤੁਸੀਂ ਵਿਕਾਸ ਦੀ ਗੱਲ ਕੀਤੀ ਹੈ, ਹੋਰ ਕੀਤੀ ਹੈ, ਜੇਕਰ ਵਿਕਾਸ ਦੀ ਗੱਲ ਵੀ ਆਪਾਂ ਲੈ ਕੇ ਚੱਲੀਏ, ਵਿਕਾਸ ਜਿਹੜਾ ਹੈ ਫਿਰ ਇੱਥੋਂ ਇੰਨੇ ਵੱਡੇ ਪੱਧਰ ਦੇ ਉੱਤੇ ਜੇ ਵਿਕਾਸ ਸੀ ਤਾਂ ਫਿਰ ਤੁਹਾਡੀ ਹਾਰ ਕਿਉਂ ਹੋਈ? ਇੱਥੇ ਜੇ ਗੱਲ ਕਰੀਏ ਹਰਸਿਮਰਤ ਕੌਰ ਬਾਦਲ ਦੀ ਹਾਰ ਕਿਉਂ ਹੋਈ? ਕੋਈ ਤਾਂ ਕਾਰਨ ਹੋਊਗਾ, ਤੁਹਾਡਾ ਇੰਨਾ ਡਾਊਨਫਾਲ ਆਉਣਾ ਕੋਈ ਤਾਂ ਕਾਰਨ ਹੋ ਸਕਦਾ ਕਿ ਤੁਹਾਡੇ ਬੰਦੇ ਇਹੋ ਜਿਹੇ ਸੀਗੇ ਜਿਹੜੇ ਤੁਹਾਨੂੰ ਲੈ ਬੈਠੇ? ਦੇਖੋ, ਇਹ ਜਦੋਂ ਇਲੈਕਸ਼ਨ ਇੱਕ ਰੂਲਿੰਗ ਪਾਰਟੀ ਆਉਂਦੀ ਹੈ ਤਾਂ ਉਹਦੇ ਬਹੁਤ ਸਾਰੇ ਪਹਿਲੂ ਹੁੰਦੇ ਆ। ਉਹਦਾ ਐਂਟੀ ਇਨਕਨਬੇਸੀ ਹੁੰਦੀ ਹੈ, ਮੇਰੀ ਪਰਸਨਲ ਐਂਟੀ ਇਨਕਨਬੇਸੀ ਵੀ, ਬਾਦਲ ਪਰਿਵਾਰ ਕਿਉਂਕਿ ਉੱਥੋਂ ਦਾ ਮੈਂਬਰ ਪਾਰਲੀਮੈਂਟ ਸੀ ਉਹਨਾਂ ਦੀ ਐਂਟੀ ਇਨਕਨਬੇਸੀ ਕੰਮ ਕਰਦੀ ਹੈ। ਦੂਜੇ ਨੰਬਰ ਦੇ ਉੱਤੇ ਲੋਕਾਂ ਦੇ ਜਿਹੜੀ ਹੈਗੀਆਂ ਇੱਛਾਵਾਂ ਪੂਰੀਆਂ ਕਰਨੀਆਂ ਜਾਂ ਝੂਠ ਨੂੰ ਫੈਲਾਉਣਾ, ਜੋ ਝੂਠ ਫੈਲਾਇਆ ਗਿਆ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਚੁੱਕਿਆ ਗਿਆ, ਰਾਹੁਲ ਗਾਂਧੀ ਨੇ ਆ ਕੇ 70% ਲੋਕਾਂ ਨੂੰ ਨਸ਼ੇੜੀ ਦੱਸਿਆ, ਉਹਦੇ ਨਾਲ ਬੇਅਦਬੀ ਦਾ ਜਿਹੜਾ ਮੁੱਦਾ ਜੋੜ ਕੇ ਅਤੇ ਝੂਠ ਬੋਲ ਬੋਲ ਕੇ ਜਿਹੜਾ ਹੈਗਾ, ਜਾਂ ਮਨਪ੍ਰੀਤ ਬਾਦਲ ਸਾਹਿਬ ਦੀ ਗੱਲ ਹੀ ਲੈ ਲਓ ਕਿ ਇੱਥੇ ਹਰ ਮੈਂ ਮਹੀਨੇ ਕਾਰਖਾਨਾ ਲਿਆਇਆ ਕਰੂੰਗਾ, ਮੈਂ ਇੱਥੇ ਟਰੱਕਾਂ ਦਾ ਕਾਰਖਾਨਾ ਲੱਗੂਗਾ, ਇੱਥੇ ਜਹਾਜ਼ਾਂ ਦਾ ਕਾਰਖਾਨਾ ਲੱਗੂਗਾ, ਇੱਥੇ ਚਿਮਨੀਆਂ ਦਾ ਧੂੰਆਂ ਨਿਕਲਿਆ ਕਰੂਗਾ, ਇਹ ਬੰਦ ਪਿਆ। ਇਹ ਜੇ ਜਿਹੜੇ ਮਾਮਲੇ ਫੈਕਟਰ ਬਣੇ ਕਿ ਸਾਡੀ ਜਿਹੜੀ ਹੈਗੀ ਆ ਹਾਰ ਹੋਈ, ਪਰ ਉਹ ਹਾਰ ਸਾਡੇ ਬਠਿੰਡੇ ਸ਼ਹਿਰ ਨੇ ਜਿਹੜੇ ਇਹਨਾਂ ਨੇ ਝੂਠ ਬੋਲੇ। ਕੈਪਟਨ ਅਮਰਿੰਦਰ ਨੇ ਨਸ਼ੇ ਦੇ ਗੁਟਕੇ ਦੀ ਸਹੁੰ ਖਾ ਕੇ ਗੱਲ ਕੀਤੀ, ਸਰ ਘਰ ਘਰ ਨੌਕਰੀ ਦੇਣ ਦੀ ਗੱਲ ਕੀਤੀ, ਉਹ ਸਾਰੀਆਂ ਗੱਲਾਂ ਦਾ ਜਵਾਬ ਮੈਂਬਰ ਪਾਰਲੀਮੈਂਟ। ਮੇਰੀ ਗੱਲ ਸੁਣੋ ਸਿੰਗਲਾ ਸਾਹਿਬ, ਇਹ ਤਾਂ ਲੁਭਾਵਣੇ ਨੇ, ਇਹ ਤਾਂ ਕੋਈ ਵੀ ਪਾਰਟੀ ਆ ਜੇ ਉਹ ਲੁਭਾਵਣੇ ਜਿਹੜਾ ਹੈਗਾ ਵਾਅਦੇ ਕਰਦੀ ਹੈ, ਅਤੇ ਵਾਅਦੇ ਪੂਰੇ ਕਰਨੇ ਬੜੇ ਔਖੇ। ਜਦੋਂ ਤੁਸੀਂ ਚਿਮਨੀਆਂ ਦੀ ਖੁਦ ਹੀ ਗੱਲ ਕੀਤੀ ਵੀ ਇਹਨਾਂ ਚਿਮਨੀਆਂ 'ਚੋਂ ਧੂੰਆਂ ਕੱਢੂੰਗਾ, ਤਾਂ ਚਿਮਨੀਆਂ ਤਾਂ ਤੁਹਾਡੀ ਸਰਕਾਰ ਵੇਲੇ ਬੰਦ ਹੋ ਗਈਆਂ ਸੀ। ਸਾਡੀ ਸਰਕਾਰ ਵੇਲੇ ਬੰਦ ਹੋ ਗਈਆਂ ਸੀ ਤਾਂ ਅਸੀਂ ਉਹ ਥਰਮਲ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਸੀ ਨਾ, ਤੁਸੀਂ ਇਹ ਬੰਦ ਕਿਉਂ ਕੀਤਾ? ਪਹਿਲੀ ਗੱਲ ਤਾਂ ਗੱਲ ਇਹੀ ਆ ਕਿ ਫਿਰ ਬੰਦ ਕਿਉਂ ਹੋਇਆ? ਜਿਹੜਾ ਥਰਮਲ ਬੰਦ ਹੋਣ ਦਾ ਕਾਰਨ ਜਿਹੜਾ ਸੀ, ਬਿਜਲੀ ਦੇ ਵਿੱਚ ਬੜੀ ਵੱਡੀ ਸਮੱਸਿਆ ਸੀ ਪੰਜਾਬ ਦੇ ਵਿੱਚ, ਬਠਿੰਡੇ ਸਾਰੇ ਪੰਜਾਬ ਦੇ ਬਿਜਲੀ ਦੇ ਵਿੱਚ ਨਵੇਂ ਸਰ ਪਲਾਂਟ ਲੱਗੇ, ਉਹ ਪਲਾਂਟਾਂ ਦੇ ਨਾਲ ਮਤਲਬ ਜਦੋਂ ਅਨਸੀਜ਼ਨਲ ਹੋਣਾ ਜੀ, ਜਦੋਂ ਬਿਜਲੀ ਦੀ ਖਪਤ ਘੱਟ ਹੋਣੀ ਹੈ ਤਾਂ ਉਦੋਂ ਆਟੋਮੈਟਿਕਲੀ ਹੈ ਵੀ ਥੋੜ੍ਹਾ ਜਿਹਾ ਉਹਨੂੰ ਦੇਣਾ ਪਵੇਗਾ, ਕਿਉਂਕਿ ਬਠਿੰਡੇ ਦੀ ਭੂਗੋਲਿਕ ਸਥਿਤੀ ਇਹ ਹੈ। ਜਾਂ ਤਾਂ ਸਾਨੂੰ ਚਾਹੀਦੀ ਹੈ 12,000 ਮੈਗਾਵਾਟ ਅਤੇ ਜਾਂ ਸਾਨੂੰ ਚਾਹੀਦੀ ਹੈ ਸਿਰਫ 3,000 ਮੈਗਾਵਾਟ, ਇਹ ਬੜਾ ਡਿਫਰੈਂਸ ਹੈ। ਇਸ ਕਰਕੇ ਉਹ ਥੋੜ੍ਹੀ ਉਸ ਟਾਈਮ ਦੇ ਉੱਤੇ ਜਦੋਂ ਪੀਕ ਲੋਡ ਨਹੀਂ ਚੱਲਦਾ ਸੀ ਉਦੋਂ ਥਰਮਲ ਜਿਹੜਾ ਬੰਦ ਹੁੰਦਾ ਸੀ, ਬਾਕੀ ਜਦੋਂ ਲੋਡ ਪੈਂਦੀ ਸੀ ਲੋਡ ਪੈਣ ਦੇ ਉੱਤੇ ਬਠਿੰਡਾ ਥਰਮਲ ਚੱਲਦਾ ਸੀ। ਇਹ ਜ਼ਰੂਰ ਸੀ ਕਿ ਅਸੀਂ ਇਹ ਥਰਮਲ ਦੀ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹਨੂੰ ਨਵੇਂ ਤਰੀਕੇ ਨਾਲ ਕਿਵੇਂ ਚਲਾ ਸਕਦਾ ਜਾਂ ਹੋਰ ਚਾਹ, ਉਹਦੇ ਵਾਸਤੇ ਹਮੇਸ਼ਾ ਹੀ ਗੱਲਬਾਤ ਚੱਲਦੀ ਸੀ ਅਤੇ ਹਮੇਸ਼ਾ ਹੀ ਉਹਦੇ ਬਾਰੇ ਸੋਚਿਆ ਜਾਂਦਾ। ਇੱਕ ਜੀ ਮੈਨੂੰ ਦੱਸੋ, ਤੁਸੀਂ ਕਬਜ਼ਿਆਂ ਦੀ ਗੱਲ ਕੀਤੀ, ਹੋਰ ਗੱਲ ਕੀਤੀ, ਕਿਉਂਕਿ ਬਠਿੰਡੇ ਦੇ ਵਿੱਚ ਕੁਝ ਵਿਅਕਤੀਆਂ ਦਾ ਉਹ ਤੁਹਾਡੇ ਨੇੜੇ ਵੀ ਰਹੇ ਨੇ, ਬੇਸ਼ੱਕ ਅੱਜ ਦੂਜੇ ਪਾਸੇ ਚਲੇ ਗਏ, ਉਹਨਾਂ ਦੇ ਉੱਤੇ ਬੜੇ ਇਲਜ਼ਾਮਤ ਲੱਗ ਰਹੇ ਨੇ। ਤੁਹਾਡੀ ਉਹਨਾਂ ਨੂੰ ਪੁਸ਼ਤ ਬਣਾਈ ਸੀ ਜਦੋਂ ਉਹਨਾਂ ਨੇ ਪੂਰੀ ਤਰਥੱਲੀ ਮਚਾਈ, ਕਬਜ਼ੇ ਕੀਤੇ, ਸਰਕਾਰੀ ਜ਼ਮੀਨਾਂ ਵੇਚੀਆਂ, ਕੌਡੀਆਂ ਦੇ ਭਾਅ ਉਹਨਾਂ ਨੇ ਰਜਿਸਟਰੀਆਂ ਕਰਾਈਆਂ, ਘਪਲੇਬਾਜ਼ੀ ਤਾਂ ਨਿਉਂ ਤਾਂ ਉਹਦੀ ਧਰੀ ਗਈ ਸੀ। ਜੇ ਅੱਜ ਕੱਲ੍ਹ ਆਖੀਏ ਜੇ ਜਿਵੇਂ ਜੱਟ ਕਹਿੰਦਾ ਨਾ, ਜੱਟ ਦੇ ਦਾਨੇ ਵਾਲੀਆ ਸਾਹਿਬ, ਮੈਂ ਗਰੰਟੀ ਕਰਦਾ ਇੱਕ ਬਠਿੰਡੇ ਸ਼ਹਿਰ ਦਾ ਬੰਦਾ ਖੜਾ ਉੱਠ ਕੇ ਕਹਿੰਦੇ ਮੇਰੀ ਜ਼ਮੀਨ 'ਤੇ ਕਬਜ਼ਾ ਹੋਇਆ 10 ਸਾਲਾਂ ਦੇ ਵਿੱਚ ਜੀ, ਮੈਂ ਰਾਜਨੀਤੀ ਤੋਂ ਸੁਨੇਹਾ ਲੈ ਜੂੰਗਾ। ਇੱਕ ਬੰਦਾ ਖੜਾ ਹੋ ਕੇ ਜੇ ਵੀ ਸਰੂਪ ਸਿੰਗਲਾ ਨੇ ਗੱਲ ਨਹੀਂ ਸੁਣੀ ਅਤੇ ਆਹ ਫਲਾਨਾ ਕਬਜ਼ਾ ਨਜਾਇਜ਼, ਚਾਹੇ ਕੋਈ ਵੀ ਬੰਦਾ ਹੋਇਆ ਉਹਦੀ ਮੇਰੀ ਗਰੰਟੀ ਹੈ ਉਹ 10 ਸਾਲਾਂ ਦਾ ਨਾ। ਫਿਰ ਉਦੋਂ ਤਾਂ ਤੁਸੀਂ ਟਰੱਕ ਯੂਨੀਅਨ ਵਿੱਚ ਵੀ ਇੱਥੇ ਗੋਲੀਆਂ ਚੱਲਦੀਆਂ ਰਹੀਆਂ, ਸਮਾਨ ਢੋਣ ਪਿੱਛੇ ਵੀ ਚੱਲਦਾ ਰਿਹਾ ਸਾਰਾ ਕੁਛ। ਤੁਸੀਂ ਗੱਲ ਕਬਜ਼ਿਆਂ ਦੀ ਗੱਲ ਕਰਦੇ ਹਾਂ, ਮੈਂ ਹੁਣ ਟਰੱਕ ਜਿਹੜੀ ਟਰੱਕ ਯੂਨੀਅਨ ਦੀ ਗੱਲ ਕਰਦੇ ਹਾਂ, ਟਰੱਕ ਯੂਨੀਅਨ ਨਾਲ ਵੀ ਅੱਜ ਗੱਲ ਕਰ ਲਓ ਜਾ ਕੇ, 850-900 ਟਰੱਕ ਹੁੰਦਾ ਸੀਗਾ ਸਾਰਿਆਂ ਨੂੰ, ਜੇ ਸਰਕਾਰੀ ਜਿਹੜੇ ਟੈਂਡਰ ਹੁੰਦੇ ਸੀ, ਸਰਕਾਰੀ ਮਾਲ ਦੀ ਢੁਆਈ ਹੁੰਦੀ ਸੀ
वो यूनियन नूं टेंडर दवाए जांदे सी क्योंकि छोटे छोटे गरीब आदमी सी छोटियां गड्डियां वाले सी जिहड़ियां गड्डियां ते अज माल नहीं भेजा जांदा कल्ली कणक ढोई जांदी सी ते उह टेंडर यूनियन दे नां ते हुंदे सी अज यूबी पता नहीं यूबी एंटरप्राइजेज बना के जो जो साहब दे इंप्लाई आ जां ड्राइवर है उन्हां दे नाम दे उत्ते अज जे यूनियन दा टेंडर होया होया वो अज सारे तीन सालों का रिकॉर्ड कढ़ा लो सारा 30% पैसा वो टेंडर का 30% कट के छोटे छोटे जो ट्रैक यूनियन के बंदे है उन्होंने मूँह के विचों रोटी खोई जा रही है। गल बड़ी हैरानी जी हुंदी है कि बठिंडे नू बड़ा एक वधिया सॉफ्ट जिहा शहर मनिया जांदा सी लुधियाने सुनते सी लुधियाने कब्जे हो गए जे किसी की जायदाद वेली पई है गलियां बेचतियां होर बेचतियां उस स्थिति जिहड़ी है ना जे आपां गल करिए तां क्योंकि इसका पत्रकार है तुसीं तां आपदी गल करनी है तुसीं तां आपदी सफाई देनी है पर असीं देखिए कि बंदे भावें तुहाडे नेड़े सी भावें इधर नेड़े हो गए जे कहीए तां पंजाबी च मैं सीधी गल कहां कि कांग्रेस दे विच भोले सी ते अकाली दल च राजू सी की कहोगे? मैं किसी की पुश्त पनाही की गल नहीं करता मैं ये गल करदा भी मन लो गलत होया मन लो गलत होया तो उत्ते परचा दियो परचा क्यों नहीं देंदे वो तुहानू चंगा लगन लग गया राजू अज जिहड़ा राजू गलत सी जदों इलैक्शन आ गए उदों राजू नूं इलैक्शन आपदे हाथ लिया के तो राजू साफ सुथरा हो गया। मैं ये नहीं कहता मैं ये कहना कि मैं किसी की चीज़ की गरंटी कोई नहीं कर सकता कि उन्हें की मतलब किया है जे कोई मेरे सामने वो लैके आता है जां लैके आया जां सी ते कानून ने आपका काम किया सी ये नहीं सी कि सरूप सिंगले को आ नहीं सकता तो सरूप सिंगला गल सुन के वो हुनियत फिर सरूप सिंगले चाहिए की कमजोरी सी कि सरूप सिंगले के इलैक्शन के कई वह साथ छड़ के NFL के गैसट हाउस के मीटिंगा करते फिरते जिन्हें सरूप सिंगले की वजारत दे इतों के MLA-शिप मलाइया खादिया तुम तो पत्रकार हो तुम तो पत्रकार हो यह तो व्यापारी है ये तो सदा दे बनजारे है जो देखी सदा उधर होगी उधर हो गए इन्हों का इन्हों की कोई पार्टी नहीं है इन्हों का जो धर्म कर्म पैसा है वह सदा दे बनजारे है वह सदा दे बनजारे उधर चले गए नहीं वो तो चले गए पर निराशा तो तुहाडे उन्हां असल वर्करां नूं हुई ना क्योंकि सत्ता दे वंजारे सीगे एक क्यों हुंदा है कि जिहड़े पैसे दे पीर ने यह हर लीडर दे नेड़े हो जांदे आ ते जिहड़ा असल तुहाडा धनवालिया साहब साडे वर्करां ने यह बिल्कुल गलत साबित किया साडे वर्करां ने चाहे राजू दे वार्ड की गल लो असी मैंबर पार्लीमेंट इलैक्शन दे विच इहनां कोले डंडा सी इहनां कोले सरकार सी इन्हों को जो जो सी इन्हों को हजार बंदे से वोटा पाने वास्ते सारे साफ किए चाहे राजू ला लो चाहे हरमंदर ला लो चाहे जोड़े मर्जी ला लो जोड़े एक खास में खास बना के लगे सके सारियां रगड़ा चाढ़िया पार्लीमेंट इलैक्शन क्योंकि ये इल्जाम सी सरूप सिंगले ने कदे ये नहीं किसी कहा भी तू मर्जी ना जिथे मर्जी दो चार गल् हो अज मैं कैमरे के उत्ते गल् करना चंगी लगता तुसी डिबेट कितने मेरे नाल बैठे करवा लियो जे किसे साडे बंदे ने कब्जा करन दी कोशिश की ते मैनू पता लग्या ते नाल दी नाल ओहदी पूछ खिची नाल दी नाल अज बठिंडे दे विच इक बंदा कहदे कि सरूप सिंगला दी पुश्त बनाई थले फलाना कब्जा होया अज भी होया ते अज भी ओह देंदा मैं देंदा रहांगा। ते लाटरियां दी गल कीती लाटरियां भी तां बठिंडा मशहूर सी लाटरियां वास्ते लाटरियां लाटरियां बड़ी देखी है तुसी लाटरी वाले भी इत्थे बैठे आ लाटरियां वाले मेरी इलैक्शन दे विच मैनू कोले आ गए मैनू कहिंदे सिंगला साहब इलैक्शन आ गए असी फंड देना मैं फंड नहीं लैना मैं फंड नहीं लैना सोथों 40 दुकानां होईयां करदियां सी 40 दुकानां होया करदे सी लाटरी दियां जिहड़ियां कानूनी वैलिड सी 41वीं दुकान नहीं हुण दित्ती सी ते इत्थे किरपा होई फाइनांस मिनिस्टर जी दी क्योंकि फाइनांस मिनिस्टर नूं फाइनांस चाहीदा हुंदा चाहे फाइनांस आपदे सरकारी खजाने वास्ते हुंदा है तो या पता नहीं घर वास्ते करदा सी इकट्ठा 225 दुकान खुंभा गुगरे कांग्रेस आउण ते बंदे लग गए कलैक्शन करन हर तो 5-5 हज़ार रुपये की कलैक्शन होण लगी ये तो जदों रौला पिया असी रौला पाया बदनामी होण लगी पंजाब सरकार की
तो डंडा पिया कैप्टन का जाके फिर जाके कहते उन्होंने लाटरी का धंधा बंद किया। ये बारे भी जो मर्जी चेक कर लियो 40 तो 41 दुकाना बठिंडे के होने 10 साल 40 तो 41 दुकाना तो वह मैं अज भी देंदा। सिंगला साहब गल तो मैं थोड़ी सारी समझदा कि देखो हूँ पिछले 3.5 साल हो गए मैं कोई एक्टिविटी थोड़ी बाल ही देखी सी तुहाडे मैरिज पैलेस नूं जिंदरा लाता तुसी दफ्तर घेरन पहुँच गए मनप्रीत बादल दा हुण सियासत याद आई है 3.5 साल मेरी तो सियासत जदों तो असी इलैक्शन हारे हैं उदों तो सियासत चल रही है। मेरे जीत पैलेस नूं जिंदरा हुण लाया तो फिर वह दफ्तर घेरना भी उदों ही बनता है। वैसे तो असी हर थां ते घेरदे हैं चाहे सब्जी मंडी दे विच सब्जी मंडी नूं खा गए तुसी किड्डी ओ गल है एक गल्लां चो गल आ गई कि लॉकडाउन लग्या जी लोग भुखे मर रहे हैं राशन गायब हो गया फिर उहदे वास्ते असी पूरा लड़ाई लड़ी उस तों बाद दे विच लॉकडाउन आ गया सारे दे पास खारज तो आप दे जिहड़े रेहड़ियां वाले आए रेहड़ियां वालियां दीआं रेहड़ियां फड़ के बंद करके फायर ब्रिगेड जिहड़ा दीआं अपने चिट्ठे हाथी लिया के डब वाली जिहड़ी चीज़ 5 रुपए दी सी उह 50 रुपए विकी तो जिहड़ी 50 वाली सी इत्थे 250 रुपए विकी। मतलब तुसी इह कह सकदे हो कि अज इनकुआरी हो जाए करोड़ों रुपया सब्जी मंडी दे विचों इन्हां कोले गया है वह निकलूगा करोड़ों रुपया जिहड़ी आपां मैरिज पैलेस की गल करदे सी। मेरा मैरिज पैलेस बनया सन 95 का जी 95 का मैरिज पैलेस बनया 16 दे विच नवीं पॉलिसी आई है जी 16 दे विच नवीं पॉलिसी आ के मैथों इन्होंने पैसों की डिमांड की है दसंबर दे विच 18 लाख रुपया मैं भरया है। लॉकडाउन के दरम्यान मई दे विच इन्हां दा मेरे को एक लैटर मिलता है कि तुसी क्योंकि असी लॉकडाउन दे विच इन्हां दी जिहड़ी सी इह चल रही बठिंडा दे विच अनाज दे घपले अनाज दी वंड होर वंड वो सारा कुछ चल रहा सीगा उहदे विच इन्हां दी मंशा सी वी इस टाइम मैरिज पैलेस बंद करिए। मैं लिख के दिता 29 मई नूं कमिश्नर साहब नूं कि लॉकडाउन का पीरियड है लॉकडाउन दे विच साडा मैरिज पैलेस बंद है फिर भी असी जे मैरिज पैलेस चलावांगे तां तुहाडियां प्रॉपर मंजूरियां लै के चलावांगे बिना मंजूरी तो मैरिज पैलेस नहीं चलावांगे ये असी लिख के दिता। फिर जिद्दे गल आई असी गल चक्की ट्रक ही नहीं आंदी असी गल चक्की जिहड़े 600 करोड़ रुपए का लेबर का घटाला होया उहदी गल चक्की वह गल चक्कण ते जदों इन्हां नूं मिर्चां लगियां इनलीगल तौर पर देखो कोई ऑर्डर पास करता कमिश्नर उहदी कॉपी दिंदा उहदी कॉपी जिहड़ा उत्थों दा सुपरडेंट हुंदा वह इंचार्ज हुंदा जाके वह ताला लाउंदा जे कापी मैं लैण तों इनकारी सी वह कापी चस्पा करता है चस्पा भी नहीं की। अगले दिन मैं लैण गया कारपोरेशन च पहुँचया तो सुपरडेंट साहब नाल गल करके गया सी सुपरडेंट साहब हवा हो गए उत्थों भी मैं जवाब की दूंगा असी कुछ लिखा ही नहीं असी ऑर्डर पास ही नहीं किया असी मैं कमिश्नर साहब को जा उड़िया मैं कमिश्नर साहब दिखाओ फाइल मंगाओ की किया मेरी फाइल तो वो मुंडा भेजा वो जाके कहिंदे जी फाइल गुरप्रीत जी चंडीगढ़ लैके गए है जीत मैरिज पैलेस बठिंडे सील कर दिया बठिंडे पैलेस जाती है फाइल जाती है चंडीगढ़ तो की यदा मतलब जो जो ने कहता या मनप्रीत ने कहता कर लो बंद सरूप सिंह का जीत पैलेस इनू डरा लो। मैं डरन वाला नहीं हाँ इन्होंने पढ़ाइया कीतियां फॉरन च रह गए तो मैं पढ़ाई की मझां के पिछे जाके सरूप सिंगला नहीं डरदा सरूप सिंगला नूं पैसे दे हरजाने नाल नहीं डरा सकते सरूप सिंगले नूं मारन दे हर नाल नहीं डरा सकते। सरूप सिंगला जे एक तरह नाल नरमाई नाल चलण वाला साडा परिवार है कानून नूं मनण वाले हाँ असीं समाज दे विच रह के सभ्यत समाज दे विच रहना चाहुंदे पर यह भी साडे गुरुआं ने सानूं दस्सिया कि जुल्म सहना भी सब तो माड़ा असी जुल्म नहीं सहांगे इन्हां लोकां दे चाहे जिथे मर्जी आ जाण जिथे मर्जी भज लैन उवें ही प्रैस कॉन्फ्रेंसां करूँगा उवें ही सारा कुछ करूँगा चाहे कल नूं मेरी कोठी ढा देन चाहे मेरी दुकान बंद करा देन चाहे मेरी फैक्ट्री बंद करा देन साल तां एक ही रह गया
साल एक ही रह गया। ਇਹ ਤਾਂ ਮੈਨੂੰ ਤੁਹਾਡੀ ਕੁਝ ਆਪਸ ਵਿੱਚ ਜੇ ਗੱਲ ਕਰੀਏ ਤਾਂ ਤੁਹਾਡੀ ਨਿੱਜੀ ਰੰਜਿਸ਼ ਜਿਹੜੀ ਹੈਗੀ ਸਿੱਧੇ ਤੌਰ ਦੇ ਉੱਤੇ ਜੇ ਪਰ ਆਖੀਏ ਕਿ ਪਿੰਡਾਂ ਵਾਲੀ ਲੜਾਈ ਸਾਹਮਣੇ ਆਉਂਦੀ ਹੈ, ਪਰ ਜੇਕਰ ਮਾਮੂਲੀ ਹੁਣ ਤੁਹਾਡੀ ਗੱਲ ਇਹ ਕਰੀਏ ਕਿ ਇਲੈਕਸ਼ਨ ਕਾਰਪੋਰੇਸ਼ਨ ਦੇ ਇਲੈਕਸ਼ਨ ਆ ਗਏ, ਤੁਸੀਂ ਕਿਵੇਂ ਪਿੰਡਾਂ ਲੜਾਈ ਕਰੇ? ਮੈਂ ਗੱਲ ਕਰਦਾ ਵੀ ਗਰੀਬਾਂ ਦਾ ਰਾਸ਼ਨ ਖਾ ਗਏ, ਉਹ ਮੇਰਾ ਰਾਸ਼ਨ ਖਾ ਗਏ। ਮੈਂ ਕਹਿੰਦਾ ਸਬਜ਼ੀ ਮੰਡੀ 'ਚ ਖਾ ਗਏ, ਕਰੋੜਾਂ ਰੁਪਈਆ ਖਾ ਗਏ, ਉਹ ਮੇਰਾ ਖਾ ਗਏ। ਮੈਂ ਕਹਿੰਦਾ ਲਾਟਰੀਆਂ 'ਚ ਖਾ ਗਏ, ਉਹ ਮੇਰਾ ਖਾ ਗਏ। ਜੋ ਆ ਵਿਚਾਰੇ ਸੇਠ ਆ ਪੁਰਾਣੇ ਬਰਨਾਲਾ ਬਾਈਪਾਸ 'ਤੇ ਪਲਾਟ ਦੱਬ ਲਿਆ, ਉਹ ਮੇਰਾ ਖਾ ਗਏ। ਇਹ ਮੇਰੀ ਨਿੱਜੀ ਲੜਾਈ ਨਹੀਂ ਹੈ ਇਹ ਦਾਨੇਵਾਲੀਆ ਸਾਹਿਬ, ਤੁਸੀਂ ਆਪਦੇ ਆਪ ਨੂੰ ਕਰੈਕਟ ਕਰੋ। ਮੈਂ ਇਹ ਲੋਕਾਂ ਦੀ ਲੜਾਈ ਲੜ ਰਿਹਾ, ਮੇਰੀ ਪੈਲਸ, ਮੇਰੇ ਪੈਲਸ ਬੰਦ ਕੀਤਾ ਉਹਨੂੰ, ਇਕੱਲੀ ਉਸ ਨਿੱਜੀ ਲੜਾਈ ਨੂੰ ਨਹੀਂ, ਮੇਰਾ ਪੈਲਸ ਬੰਦ ਕੀਤਾ ਜੇ ਮੈਂ ਲੋਕਾਂ ਦੇ ਮੁੱਦੇ ਚੁੱਕਿਆ। ਲੋਕਾਂ ਦੇ ਮੁੱਦਿਆਂ ਦੇ ਖਿਲਾਫ਼ ਇਹਨਾਂ ਨੇ ਮੇਰਾ ਮੂੰਹ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਕੋਈ ਨਹੀਂ, ਨਾ ਚੱਲੂ ਮੈਰਿਜ, ਨਾ ਚੱਲੂ ਸਾਲ, ਹੋਰ ਡੇਢ ਸਾਲ ਨਾ ਚੱਲੂ, ਫਿਰ ਚੱਲਾ। ਮੇਰੀ ਪ੍ਰੋਪਰਟੀ ਨੂੰ ਤਾਂ ਚੱਕ ਕੇ ਲਿਜਾ ਨਹੀਂ ਸਕਦੇ, ਜੇ ਕਿਤੇ ਉਹ ਵੀ ਲਿਜਾਉਣ ਦੀ ਕੋਸ਼ਿਸ਼ ਕੀਤੀ ਉਹ ਦੂਜੇ ਢੰਗ ਨਾਲ ਫਿਰ ਦੇਖ ਲਾਂਗੇ। ਅੱਛਾ ਇੱਕ ਚੀਜ਼ ਦੱਸੋ, ਹੁਣ ਕਾਰਪੋਰੇਸ਼ਨ ਦੇ ਇਲੈਕਸ਼ਨ ਆ ਗਏ ਨੇ, ਹੁਣ ਜੇਕਰ ਪੂਰਾ ਕਰੀਏ ਤਾਂ ਇਸ ਤੋਂ ਪਹਿਲਾਂ ਕਾਰਪੋਰੇਸ਼ਨ ਅਕਾਲੀ ਦਲ ਦੀ ਸੀਗੀ, ਐਂਡ ਇੱਕ ਚੀਜ਼ ਦੇਖੀਏ ਕਿ ਬੜੀ ਬੁਰੀ ਸਥਿਤੀ ਹੋ ਗਈ ਸੀ ਕਾਰਪੋਰੇਸ਼ਨ ਦੇ ਵਿੱਚ, ਕੰਮ ਜੇਕਰ ਆਖੀਏ ਪਿਛਲੇ 2-2.5 ਸਾਲਾਂ ਦੇ ਵਿੱਚ ਕਾਰਪੋਰੇਸ਼ਨ ਬਿਲਕੁਲ ਸਟੈਂਡ ਸਟਿਲ ਸੀ। ਹੁਣ ਕਿਸ ਜਿਹੜਾ ਹੈਗਾ ਤੁਸੀਂ ਕੀ ਲੈ ਕੇ ਜਾਓਗੇ ਲੋਕਾਂ ਦੇ ਵਿੱਚ ਵੀ ਅਸੀਂ ਪਿਛਲੇ 5 ਸਾਲਾਂ 'ਚ ਆਹ ਕਰਾਇਆ, ਇਲੈਕਸ਼ਨ ਦੇ ਵਿੱਚ ਕੀ ਤੁਸੀਂ ਲੋਕਾਂ ਜਾਓਗੇ? ਸਾਹਿਬ ਦਾਨੇਵਾਲ ਸਾਹਿਬ, ਜਿਹੜੀ ਜਿੱਧਰ ਫਾਰਮ ਮਾਰੋ ਉੱਧਰ ਖੁੱਡਾਂ ਨਿਕਲਦੀਆਂ, ਖੁੱਡਾਂ ਨਿਕਲਦੀਆਂ। ਇੱਕ ਫਾਈਨਾਂਸ ਮਿਨਿਸਟਰ ਬਣਿਆ ਸੀ ਬਠਿੰਡੇ ਦਾ ਜੀ, ਬਠਿੰਡੇ ਲਈ ਬਣਿਆ ਸੀ, ਉੱਥੋਂ ਦੇ ਚੁਣੇ ਦੇ ਕੌਂਸਲਰ ਉਹ ਵੀ ਚੁਣੇ ਹੋਏ ਸੀ ਜਿਵੇਂ ਇਹ ਚੁਣਿਆ ਸੀ ਜੀ, ਜਿਵੇਂ ਇਹਨੂੰ ਚੁਣਿਆ ਸੀ ਲੋਕਾਂ ਨੇ ਉਹਨਾਂ ਕੌਂਸਲਰ ਨੂੰ ਵੀ ਚੁਣਿਆ ਸੀਗਾ ਜੀ। ਉਹਨਾਂ ਦੇ ਅਧਿਕਾਰ ਖਤਮ ਕੀਤੇ, ਚੁਣੇ ਹੋਏ ਮੇਅਰ ਦੇ ਅਧਿਕਾਰ ਖਤਮ ਕੀਤੇ। ਇੱਥੇ ਆਪਦਾ ਭਰਤੀ ਕਰਾਇਆ ਵਾ ਇੱਕ ਖੰਨਾ ਜਿਹੜਾ ਮਸ਼ਹੂਰ ਹੈ ਜੀ, ਵੀ ਇਹਦੀ ਅਸਤੀ ਹੈ ਜਿੱਥੇ ਜ਼ਿਆਦਾ ਉੱਥੇ ਜਾਂਦਾ, ਜਿਵੇਂ ਇੱਥੇ ਥਾਣੇਦਾਰ ਲੱਗੇ ਆ ਬਠਿੰਡਾ ਸ਼ਹਿਰ ਦੇ ਵਿੱਚ ਵੀ ਉਹ ਲੰਬੀ ਕੱਢ ਰਹੀ ਹੈ, ਕੰਮ ਆਉਂਦਾ ਨਾ ਹੋਵੇ ਆਉਂਦਾ ਹੋਵੇ, ਉਹਨਾਂ ਦੀ ਤਾਂ ਸਿਰਫ ਇਹਨਾਂ ਦੀ ਸੇਵਾ ਕੀਤੀ ਹੋਈ ਹੈ, ਉਹ ਬਠਿੰਡੇ ਦੇ ਵਿੱਚ ਲੱਗੇ ਹੋਏ ਆ, ਜਿਹਦੇ ਮਰਜ਼ੀ ਪਰਚਾ ਕਰਦੇ ਨੇ, ਜਿਹਦੇ ਮਰਜ਼ੀ ਕਰਦੇ ਨੇ। ਇਵੇਂ ਉਹ ਜਿਹੜਾ ਖੰਨਾ ਸਾਹਿਬ ਹੈ ਉਹ ਵੀ ਇਹਨਾਂ ਦੇ ਘਰ ਪਰਿਵਾਰ ਦੇ ਆ, ਉਹਦੇ ਕੋਲ ਟੈਂਡਰ ਜਿਹੜੇ ਲਾਏ ਗਏ ਉੱਥੇ ਕਾਰਪੋਰੇਸ਼ਨ ਦਾ ਹੱਕ ਖੋਹ ਕੇ ਜੀ, ਇਹਨੂੰ ਸਾਰਾ ਇਨਫਰਾਸਟਰਕਚਰ ਛੱਡ ਕੇ, ਇੰਜੀਨੀਅਰ ਛੱਡ ਕੇ, ਇੱਥੇ ਐਕਸੀਅਨ ਛੱਡ ਕੇ ਬੈਠੇ ਹੋਏ ਨੌਨ ਟੈਕਨੀਕਲ ਲੋਕਾਂ ਨੂੰ ਜਾ ਕੇ ਕੰਮ ਦੇ ਕੇ ਉੱਥੇ ਉਸ ਪੈਸੇ ਦੀ ਬਰਬਾਦੀ ਕੀਤੀ ਗਈ। ਉਹ ਇਹੋ ਜਿਹੀ ਬਰਬਾਦੀ ਕੀਤੀ ਗਈ ਕਿ ਸੜਕਾਂ 2 ਦਿਨ ਨਹੀਂ ਕੱਟਦੀਆਂ, 3 ਦਿਨ ਸੜਕਾਂ ਟੁੱਟ ਜਾਂਦੀਆਂ। ਇਹ ਸਾਰਾ ਕੁਛ ਇਹਨਾਂ ਦੀ ਆਕਾਰ ਜਾਰੀ ਹੈ 3.5 ਸਾਲ। ਆ ਹੁਣ ਜਿਹੜੇ ਜਾ ਕੇ ਇਹ ਲੋਕਾਂ ਦੇ ਚੱਲ ਗਏ, ਪਰ ਪਬਲਿਕ ਸਭ ਜਾਣਦੀ ਹੈ, ਪਬਲਿਕ ਬਹੁਤ ਸਿਆਣੀ ਹੈ, ਸਭ ਜਾਣਦੀ ਹੈ। ਜੋ ਸ਼੍ਰੋਮਣੀ ਅਕਾਲੀ ਦਲ ਨੇ, ਮੇਰੇ MLA ਹੁੰਦੇ ਆ ਗਲੀ ਗਲੀ ਜਾ ਕੇ ਗਲੀਆਂ ਗਲੀਆਂ ਦਾ ਕੰਮ ਕਰਾਇਆ ਸੀ, ਕੁਆਲਿਟੀ ਚੈੱਕ ਕਰਕੇ ਕੰਮ ਕਰਾਇਆ ਸੀ, ਸਾਰੇ ਘਰ ਘਰ ਜਾ ਕੇ ਰਾਸ਼ਨ ਕਾਰਡ ਬਣਵਾਏ ਸੀ, ਰਾਸ਼ਨ ਦੀ ਸਾਜੀ ਜੋ ਵੀ ਗੌਰਮੈਂਟ ਦੀ ਫੈਸਿਲਿਟੀ ਸੀ ਉਹ ਘਰ ਘਰ ਦਿੱਤੀ ਸੀ। ਉਹ ਸਾਰਾ ਕੁਛ ਜਦੋਂ ਉਹ ਕੁੜੂ ਆਪਸ ਮੇਂ ਵਾਚ ਕਰੂਗੀ ਇੱਕ ਦੂਜੇ ਦੇ ਨਾਲ, ਤਾਂ ਫੈਸਲਾ ਉਹ ਹੋਏਗਾ। ਮੈਂ ਗਰੰਟੀ ਕਰਦਾ ਕਿ ਇਹਨਾਂ ਦੇ 90% ਕੈਂਡੀਡੇਟਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਅੱਛਾ ਸਿੰਘਲਾ ਸਾਹਿਬ, ਗੱਲ ਹੁਣ ਮੈਂ ਥੋੜ੍ਹੀ ਜਿਹੀ ਇੱਥੋਂ ਦੀ ਆਮ ਰਾਜਨੀਤੀ ਤੋਂ ਛੱਡ ਕੇ ਮੈਂ ਤੁਹਾਡੀ ਆਪਣੀ ਰਾਜਨੀਤੀ ਦੇ ਉੱਤੇ ਗੱਲ ਕਰਨਾ ਚਾਹੁੰਦਾ। ਤੁਹਾਡਾ ਇੱਕ ਉਭਾਰ ਆਇਆ ਸੀਗਾ, ਜਦੋਂ ਉਭਾਰ ਆਇਆ ਸੀਗਾ ਤਾਂ ਤੁਹਾਡੀ ਹੀ ਪਾਰਟੀ ਨੇ ਤੁਹਾਨੂੰ ਹੀ ਕਮਜ਼ੋਰ ਕਰਨ ਦੇ ਲਈ ਕੁਛ ਇਹੋ ਜਿਹੇ ਵਿਅਕਤੀ ਇੱਥੇ ਲਿਆਂਦੇ ਬਾਹਰੋਂ, ਕਿ ਉਹਨਾਂ ਨੇ ਤੁਹਾਨੂੰ ਖੁਰਾ ਲਾਉਣਾ ਸ਼ੁਰੂ ਕੀਤਾ, ਕਹਿਣ ਸਾਹਿਬ ਇੱਕ ਕਾਸਟ ਬੇਸਡ ਕਾਰਡ ਖੇਡਣ ਦੀ ਵੀ ਕੋਸ਼ਿਸ਼ ਕੀਤੀ ਗਈ, ਉਹ ਸੱਚਾਈ ਕਿੱਥੋਂ ਤੱਕ ਆ? ਦੇਖੋ, ਪਾਰਟੀਆਂ ਦਾ ਕੰਮ ਹੁੰਦਾ ਕਿ ਆਪਦੇ ਕਾਡਰ ਨੂੰ ਮਜ਼ਬੂਤ ਕਰਨਾ ਜੀ। ਮੈਂ ਕਿਸੇ ਬਾਹਰੋਂ ਲਿਆਂਦੇ ਬੰਦੇ ਦੀ ਮੈਂ ਨਹੀਂ ਗੱਲ ਕਰਦਾ ਕਿ ਉਹ ਕਿਉਂ ਲਿਆਂਦਾ ਗਿਆ, ਉਹ ਵੀ ਆਉਣਾ ਜੀ ਆਇਆਂ ਵੈਲਕਮ ਸੀਗਾ, ਪਰ ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਜਿਹਦੀ ਮੈਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਜੀ। ਮੇਰੇ ਬਹੁਤ ਅੱਛੇ ਰਿਲੇਸ਼ਨ, ਚਾਹੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ, ਕਿਉਂਕਿ ਮੈਂ ਜਦੋਂ ਵੀ ਕੋਈ ਗੱਲ ਕਰਦਾ ਤਾਂ ਬੜੇ ਪੋਜ਼ੀਟਿਵਲੀ ਮੇਰੇ ਵਿਚਾਰ ਉਹ ਸੁਣਦੇ ਹੈ। ਅਤੇ ਜਦੋਂ ਸਾਡੇ ਮੈਂਬਰ ਪਾਰਲੀਮੈਂਟ ਵੀ ਬਾਹਰ ਸਿੰਘ ਦੇ ਬਾਦਲ, ਉਹਨਾਂ ਨਾਲ ਕੋਈ ਵੀ ਅਸੀਂ ਜਿਹੜਾ ਕਰਦੇ ਹਾਂ ਤਾਂ ਬੜੇ ਧਿਆਨ ਨਾਲ ਸੁਣਦੇ ਆ। ਮੇਰਾ ਖਿਆਲ ਹੈ ਕਿ ਇਹ ਜਿਹੜੀਆਂ ਅਫਵਾਹ ਹੈ ਕਿ ਮੈਨੂੰ ਨੀਵਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਨਹੀਂ। ਇੱਕ ਬੜੀ ਉਹ ਵੀ ਗੱਲ ਚੱਲੀ ਸੀ ਨਾ ਵੀ ਸੁਖਬੀਰ ਸਿੰਘ ਬਾਦਲ ਤੁਹਾਡੇ 'ਤੇ ਨਾਰਾਜ਼ ਹੋ ਗਏ ਸੀ, ਇੱਕ ਕੋਈ ਗੱਲ ਬੜੀ ਚਰਚਾ ਸੀਗੀ, ਉਹ ਕੀ ਕਹਾਣੀ ਸੀਗੀ? ਦੇਖੋ, ਸੁਖਬੀਰ ਸਿੰਘ ਬਾਦਲ ਸਾਡੇ ਪ੍ਰਧਾਨ ਹੈ ਜੀ, ਅਤੇ ਮੈਂ ਆਪਦੇ ਘਰ ਦਾ ਪ੍ਰਧਾਨ ਹਾਂ,
लीडर साढ़े वो ने साढ़े बड़े रिस्पैक्टेबल ने। तो जिहड़ी गल तुसी कह मूँह चो कोई पानी का गलूस मारिया तो जे मूँह तो मेरे पानी का गिलास मारिया हों तो मैं भी मूँह तो पानी का गिलास मारता मैं इन्ना इन्ना नहीं है मेरे तो मूँह तो जो मर्जी कह जाता एक मेरी आपकी परसनल लत है जी। ये एक कले बदनाम करन दी गल की गई है ये गल कोशिश की गई है भी सरूप सिंह डिमोरलाइज किया जाए कदे भी नहीं होया जे मेरे से कोई इस तरह का करूगा वादा चाहे कोई भी होया जे मेरे से इस तरह का कोई वादा करता तो कोई भी होया फिर मेरे वास्ते कुछ नहीं है। मेरे वास्ते साडे प्रधान है सुखबीर सिंह बादल वो प्रधान रहणगे मैनू इन्होंने एम एल ए बनाया मैनू टिकट दित्ती उन्हां दी मैं ते मेरा परिवार हर टाइम मतलब नहीं वही इस यही गल सी ना कहते भी जिते बीबा हरसिम कौर बादल के इलैक्शन वाले जिहड़े भी जाते तो उत्थे उन्होंने अलांबे मिलते सी कि जी सरूप चंद सिंगला दे बंदे खुले छड़े हुए है लोगों ठिट कर दे ते गल उन्हां दे विरोध घट सी तुहाडे बंदियां दा विरोध ज़्यादा सी। ये चीज़ां गल मैं तुहानूं इह लाना कोई कमियां सारियां च हुंदियां जी जदों किसी नूं कमांड हुंदी आ ना जी ते कमांड आले बंदे नूं ही सुनना चाहिए जी जी क्योंकि ਤੁਸੀਂ ਤੁਹਾਡੇ ਦਫ਼ਤਰ ਦੇ ਵੀ 10 ਇੰਪਲਾਈਜ਼ ਹੈ ਹਾਂਜੀ ਤੁਸੀਂ ਦਸਾਂ ਨੂੰ ਖੁਸ਼ ਕਰ ਲਓਗੇ ਨਹੀਂ ਹੁੰਦੇ ਅਤੇ ਇਹਨਾਂ ਦੀਆਂ ਦਸਾਂ ਘਰਾਂ ਵਾਲੀਆਂ ਨੂੰ ਕਰ ਲਓਗੇ ਬਿਲਕੁਲ ਮੈਥੋਂ ਤਾਂ ਅੱਜ ਤੱਕ ਤਾਂ ਖੁਸ਼ ਨਹੀਂ ਹੋਈ ਮੇਰੇ ਘਰ ਵਾਲੀ ਕਿਉਂਕਿ ਉਹਦੀ ਸੋਚ ਅਲੱਗ ਹੈ ਮੇਰੀ ਸੋਚ ਅਲੱਗ ਹੈ ਉਹਨੇ ਕੁਛ ਸੋਚਣਾ ਉਹਨੇ ਕੁਛ ਸੋਚਣਾ ਕਿਉਂਕਿ ਉਹਦਾ ਆਪਦਾ ਸੋਚ ਹੈ ਮੇਰੀ ਆਪਦੀ ਸੋਚ ਹੈ ਅਸੀਂ ਇਹ ਸਾਡੀ ਐਡਜਸਟਮੈਂਟ ਹੈ ਜੀ ਇੱਕ ਦੂਜੇ ਨਾਲ ਐਡਜਸਟਮੈਂਟ ਚੱਲਦੀ ਹੈਗੀ ਹੈ मतलब उस टाइम के उत्ते कुछ बंदे इस तरह का कोई गेम खेडी इलैक्शन दे विच जिहड़ी मैनूं डिमोरल करने की कोशिश की सी पर पार्लीमेंट दे विच सारा कुछ धोता गया जी भी सरूप सिंगला की चीज़ है की उहदे कम कीता है की उहने आपदे वास्ते की कीता है मेरे परिवार ने मेरे वास्ते की कीता है वह सारा कुछ सारा लोगों के सामने आ गया वह सारा कुछ वाच सो बड़ी खुली गलबात हुई सरूप चंद सिंगला जी नाल सो जो इन्होंने कहना सी जो शहर दे विच सी इन्हां वल्लों अपना पक्ष रखा गया कुछ इन्होंने इल्जाम लाए है कोशिश करांगे दूजे पक्ष तो भी इन्हां दे इल्जाम का जवाब लैण दी। सो फिलहाल मैनूं दे इजाजत मिलदे एक होर शख्सियत दे नाल तुहानूं साडी इह गलबात किस तरह लगी तुसीं थल्ले कमेंट जरूर करना पेज नूं लाइक जरूर करना शेयर करना अते यूट्यूब चैनल सबसक्राइब करना। धन्यवाद।